ਧਮਕੀਆਂ ਦਿੱਤੀਆਂ ਮੈਨੂੰ ਵੀ ਤੇਰਾ ਐਂ ਕਰ ਦਿਆਂਗੇ, ਇੰਜਣ ਕਰ ਦਿਆਂਗੇ ਤੇਰਾ, ਯੇ ਕਰ ਦਿਆਂਗੇ, ਵੋ ਕਰ ਦਿਆਂਗੇ। ਉਹਨਾਂ ਸਾਰਿਆਂ ਨੂੰ ਬਾਈ ਮੈਂ ਹੱਥ ਜੋੜ ਕੇ ਇੱਕੋ ਹੀ ਗੱਲ ਕਹਿਣੀ ਚਾਹੁੰਦਾ। ਸੋ ਹੈਲੋ ਦੋਸਤੋ, ਕੀ ਹਾਲ ਚਾਲ ਆ ਬਾਈ ਤੁਹਾਡੇ ਸਾਰਿਆਂ ਦੇ? ਹੋਪ ਸੋ ਸਾਰੇ ਜਾਣੇ ਬਿਲਕੁਲ ਠੀਕ ਹੋਵੋਗੇ ਬਾਈ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਰਿਐਕਟ ਕਰਨ ਜਾ ਰਹੇ ਹਾਂ ਐਵਰੀਬਡੀ ਹਰ ਸੌਂਗ 'ਤੇ, ਜੋ ਕਿ ਸਿੱਧੂ ਮੂਸੇਵਾਲੇ ਦਾ, ਜੇ ਬੀ ਦਾ ਹੈਗਾ ਮਿਊਜ਼ਿਕ, ਨਵ ਤਿਮਾਨ ਦੇ ਹੈਗਾ ਵਿਜ਼ੂਅਲਸ। ਅਤੇ ਬਾਕੀ ਬਾਈ ਯਾਰ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤਾਂ ਕੁਛ ਗੱਲਾਂ ਕਰਨੀਆਂ ਚਾਹੁੰਦਾ ਤੁਹਾਡੇ ਨਾਲ। ਅਤੇ ਮੈਂ ਪਿਛਲੇ ਵੀਡੀਓ ਦੇ ਵਿੱਚ ਆਪਦੀ 'ਚ ਕਿਹਾ ਸੀਗਾ ਵੀ ਕਈ ਬੰਦੇ ਈਪੀ ਅਨਾਊਂਸ ਕਰ ਦਿੰਦੇ ਆ ਅਤੇ ਬਾਅਦ 'ਚ ਫਿਰ ਪਤਾ ਨਹੀਂ ਕਿੱਧਰ ਭੱਜ ਭੁੱਜ ਜਾਂਦੇ ਆ, ਹੜਾ ਪਤਾ ਨਹੀਂ ਕਿੱਧਰ ਮਰ ਮਰ ਜਾਂਦੇ ਹੈਗੇ। ਅਤੇ ਕੁਛ ਲੋਕਾਂ ਨੂੰ ਬਾਈ ਮੇਰੀ ਗੱਲ ਬੁਰੀ ਲੱਗੀ, ਠੀਕ ਆ, ਬੁਰੀ ਲੱਗੀ। ਅਤੇ ਉਹਨਾਂ ਨੇ ਮੈਨੂੰ ਇੰਸਟਾ 'ਤੇ ਮੈਸੇਜ ਕੀਤੇ ਵੀ ਇਹ ਕੀ ਬੋਲ ਰਿਹਾ ਤੂੰ, ਯੇ ਬੋ ਫਲਾਨਾ ਢੀਂਗਾ, ਹੈ ਨਾ। ਧਮਕੀਆਂ ਦਿੱਤੀਆਂ ਮੈਨੂੰ ਵੀ ਤੇਰਾ ਐਂ ਕਰ ਦਿਆਂਗੇ, ਇੰਜਣ ਕਰ ਦਿਆਂਗੇ ਤੇਰਾ, ਯੇ ਕਰ ਦਿਆਂਗੇ, ਵੋ ਕਰ ਦਿਆਂਗੇ। ਉਹਨਾਂ ਸਾਰਿਆਂ ਨੂੰ ਬਾਈ ਮੈਂ ਹੱਥ ਜੋੜ ਕੇ ਇੱਕੋ ਹੀ ਗੱਲ ਕਹਿਣੀ ਚਾਹੁੰਦਾ ਵੀ ਅਸੀਂ ਤਾਂ ਐਂ ਹੀ ਕਰਾਂਗੇ, ਜਿਹੜਾ ਕੁਛ ਕੀਤਾ ਜਾਂਦਾ ਕਰ ਲਓ, ਅਸੀਂ ਤਾਂ ਐਂ ਹੀ ਕਰਾਂਗੇ। ਕਈ ਬੰਦਿਆਂ ਨੇ ਉਹਨਾਂ 'ਚ ਮੈਨੂੰ ਐਂ ਵੀ ਕਿਹਾ ਵੀ ਤੂੰ ਦੋਗਲਾਂਗਾ, ਤੂੰ ਕਰਨ ਔਜਲੇ ਦਾ ਰਿਐਕਸ਼ਨ ਕਰਦਾਂਗਾ ਅਤੇ ਫਿਰ ਵੀ ਭੰਡਦਾ ਵੀ ਉਹਨੂੰ, ਜੇ ਵੋ ਫਲਾਨਾ ਢੀਂਗਾ, ਬਾਈ ਅਸੀਂ ਤਾਂ ਐਂ ਹੀ ਕਰਾਂਗੇ, ਠੀਕ ਆ। ਜੇ ਮੈਨੂੰ ਚੰਗਾ ਲੱਗੂਗਾ ਕੋਈ ਗਾਣਾ ਤਾਂ ਚੰਗਾ ਹੈਗਾ, ਜੇ ਮਾੜਾ ਲੱਗੂਗਾ ਤਾਂ ਮਾੜਾ ਹੈਗਾ, ਚੈਨਲ ਜਾਗਾ ਵੱਧ ਤੋਂ ਵੱਧ ਉੱਡ ਜੂਗਾ, ਇਹ ਕੋਈ ਚੱਕਰ ਵਾਲੀ ਗੱਲ ਨਹੀਂ ਬਰੋ, ਬਹੁਤ ਵਧੀਆ ਸਰਦਾ ਗਾ, ਚੰਗੀ ਰੋਟੀ ਖਾ ਕੇ ਸੋਈ ਦੀ ਆ, ਕਿਸੇ ਤੋਂ ਲੈ ਕੇ ਨਹੀਂ ਖਾਣੀ ਆਪਾਂ ਰੋਟੀ, ਠੀਕ ਆ ਨਾ। ਆਪਣੀ ਬਾਈ ਕਿਸੇ ਸਿੰਗਰ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ, ਹੈ ਨਾ, ਪਰ ਜਿਹੜਾ ਗਾਣਾ ਸੁਣ ਕੇ ਫੀਲ ਹੋ ਆਊਗਾ ਆਪਾਂ ਨੂੰ, ਹੈ ਨਾ, ਆਪਾਂ ਉਹੀ ਗੱਲ ਕਹਾਂਗੇ। ਜੇ ਠੀਕ ਲੱਗਿਆ ਤਾਂ ਠੀਕ ਆ, ਜੇ ਗਲਤ ਲੱਗਿਆ ਤਾਂ ਗਲਤ ਹੈਗਾ, ਬਾਕੀ ਬਾਈ ਤੁਹਾਡੀ ਮਰਜ਼ੀ ਆ, ਹੁਣ ਤੁਸੀਂ ਭੇਡਾਂ ਬਾਨਣਾ ਜਾਂ ਨਹੀਂ ਬਾਨਣਾ, ਹੈ ਨਾ। ਅਤੇ ਆਪਾਂ ਤਾਂ ਬਾਈ ਜਿਹੜੀ ਗੱਲ ਆ ਸਹੀ ਹੈਗੀ ਉਹਨੂੰ ਸਹੀ ਕਹਾਂਗੇ। ਸੋ ਬਾਈ ਹੁਣ ਬਿਨਾਂ ਟਾਈਮ ਖਰਾਬ ਕੀਤੇ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਆਹਾ ਯਾਰ, ਆਹਾ ਉਹ ਕਹਿੰਦਾ ਹੈ ਨਾ, ਜਿਹੜਾ ਇਹ ਕਿਸੇ ਗਾਣੇ ਦੀ ਯਾਦ ਦਿਵਾਉਂਦਾ, ਪਹਿਲਾਂ ਵਾਲੇ ਕਿਸੇ ਗਾਣੇ 'ਚ ਵੀ ਬਾਈ ਨੇ ਐਂ ਜੇ ਕੀਤਾ ਸੀਗਾ, ਹੈ ਨਾ। ਕਿਹੜੇ ਗਾਣੇ 'ਚ ਕੀਤਾ ਸੀ ਯਾਰ, ਜੇ ਕਿਸੇ ਨੂੰ ਬਾਈ ਪਤਾ ਤਾਂ ਮਾੜਾ ਜਿਹਾ ਦੱਸਿਓ ਕਮੈਂਟਾਂ 'ਚ। ਆਸੇ ਪਾਸੇ ਮਿਲੇ ਨੇ ਪਰ ਫੀਲ ਅਲੋਨ ਕਰਾਂ, ਕੋਲੇ ਫੋਨ ਤਾਂ ਦੋ। ਆਸੇ ਪਾਸੇ ਮਿਲੇ ਨੇ ਪਰ ਫੀਲ ਅਲੋਨ ਕਰਾਂ, ਹੈ ਕੱਲਾ ਮਹਿਸੂਸ ਕਰਦਾ, ਯਾਨੀ ਕਿ ਦੋਨੇ ਪਰ ਕੀ ਨੂੰ ਫੋਨ ਕਰਾਂ, ਸਭ ਕੁਝ ਤਾਂ ਹੋ ਗਿਆ ਏ, ਤੈਨੂੰ ਕੀ ਨਹੀਂ ਹੋ ਲੱਗਦਾ, ਬਾਕੀ ਤਾਂ ਖੈਰ ਕੁੜੇ ਨੀ ਮੇਰਾ ਜੀ ਨਹੀਂ ਹੋ ਲੱਗਦਾ, ਬਾਕੀ ਤਾਂ ਖੈਰ ਕੁੜੇ ਮੇਰਾ ਜੀ ਨਹੀਂ ਉਹ ਲੱਗਦਾ। ਬਾਈ ਇਹ ਕਦੇ ਕਦੇ ਹੁੰਦਾ ਹੁੰਦਾ ਗਾ ਬੰਦੇ ਨੂੰ, ਹਰੇਕ ਨੂੰ ਹੀ ਹੁੰਦਾ ਹੁੰਦਾ ਇਹ ਫੀਲਿੰਗ ਆਉਂਦੀ ਹੁੰਦੀ ਹੈਗੀ। ਕਈ ਵਾਰ ਬੰਦਾ ਮੈਂਟਲੀ ਟੁੱਟ ਜਾਂਦਾ ਕਹਿ ਲਈਏ ਆਪਾਂ, ਹੈ ਨਾ, ਜਾਂ ਆਪਾਂ ਕਹਿ ਲਈਏ ਵੀ ਮਤਲਬ ਮੈਂਟਲੀ ਯਾਰ ਇੰਨਾ ਕਮਜ਼ੋਰ ਹੋ ਜਾਂਦਾ ਕਈ ਵਾਰ ਬੰਦਾ, ਹੈ ਨਾ, ਅਤੇ ਉਦੋਂ ਕੁਛ ਵੀ ਚੰਗਾ ਨਹੀਂ ਲੱਗਦਾ ਉਹਨੂੰ, ਹੈ ਨਾ, ਆਸੇ ਪਾਸੇ ਉਹਦੇ ਮੇਲੇ ਲੱਗੇ ਹੁੰਦੇ ਆ ਉਹਨੂੰ, ਪਰ ਫਿਰ ਵੀ ਇਕੱਲਾਪਣ ਮਹਿਸੂਸ ਹੁੰਦਾ ਗਾ। ਅਤੇ ਬਹੁਤ ਵਧੀਆ ਬਾਈ ਯਾਰ ਅਲੱਗ ਟਰੈਕ 'ਤੇ ਗਾਇਆ, ਹੈ ਨਾ, ਕੋਈ ਕੰਟਰੋਵਰਸੀ ਵਾਲੀ ਗੱਲ ਨਹੀਂ ਕੀਤੀ, ਕੋਈ ਮਤਲਬ ਇਹੋ ਜਿਹੀ ਗੱਲਬਾਤ ਨਹੀਂ ਕੀਤੀ ਬਾਈ ਨੇ ਇਹ ਗਾਣੇ ਦੇ ਵਿੱਚ, ਅਤੇ ਹਟ ਕੇ ਗਾਣਾ ਗਾ ਬਾਈ। ਇਹੋ ਜਿਹੇ ਗਾਣੇ ਮੈਨੂੰ ਬਹੁਤ ਸੋਹਣੇ ਲੱਗਦੇ ਸਿੱਧੂ ਬਾਈ ਦੇ, ਅੱਗੇ ਦੇਖਦੇ ਬਾਈ। ਬਾਕੀ ਤਾਂ ਖੈਰ ਕੁੜੇ ਮੇਰਾ ਜੀ ਨਹੀਂ ਉਹ ਲੱਗਦਾ, ਬਾਕੀ ਤਾਂ ਖੈਰ ਕੁੜੇ ਨੀ ਮੇਰਾ ਜੀ ਨਹੀਂ ਉਹ ਲੱਗਦਾ, ਚਿੱਤ ਕਰੇ ਬੱਦਲ ਜੇ ਵੀ ਘੈਂਟ ਆ ਬਾਬਿਓ ਐਦਾਂ ਹੀ ਕੁੱਟਾ ਚ, ਚਿੱਤ ਕਰੇ ਰਲ ਜਾਵਾਂ ਖੱਚ, ਹੋ ਦਿਲ ਵਿੱਚ ਦਰਦ ਹੀ ਆ ਅੰਤਾਂ ਦਾ, ਸੂਸਾਈਡਲ ਥੋਟ ਨੇ ਦਿਮਾਗ 'ਚ, ਸੂਸਾਈਡਲ ਥੋਟ ਨੇ ਦਿਮਾਗ 'ਚ, ਹੈ ਸੂਸਾਈਡਲ ਬਾਈ ਇਹੋ ਜਿਹੇ ਕੰਮ ਨਹੀਂ ਕਰਨੇਗੇ। ਅਤੇ ਇਹ ਸਾਰਾ ਕੁਝ ਚੱਲਦਾ ਰਹਿੰਦਾ ਹੁੰਦਾ, ਕਦੇ ਵੀ ਬੰਦੇ ਨੂੰ ਇਹੋ ਜਿਹੀਆਂ ਗੱਲਾਂ ਨਹੀਂ ਸੋਚਣੀਆਂ ਚਾਹੀਦੀਆਂ, ਹੈ ਨਾ। ਆਉਂਦੇ ਹੁੰਦੇ ਆ ਹਰੇਕ ਬੰਦੇ ਦੇ ਯਾਰ ਮਨ 'ਚ, ਕਦੇ ਨਾ ਕਦੇ ਕੁਛ ਨਾ ਕੁਛ ਪੁੱਠਾ ਸਿੱਧਾ ਬੰਦੇ ਦੇ ਦਿਮਾਗ 'ਚ ਆਉਂਦਾ ਰਹਿੰਦਾ, ਪਰ ਆਪਣਾ ਮਾਇੰਡ ਆਪਾਂ ਸੋਚਣਾ ਗਾ ਵੀ ਆਪਾਂ ਇਹ ਕੰਮ ਕਰਨਾ ਜਾਂ ਨਹੀਂ ਕਰਨਾ ਗਾ। ਅਤੇ ਅੱਗੇ ਦੇਖਦੇ ਹਾਂ ਬਈ ਗਾਣੇ 'ਚ ਹੋਰ ਕੀ ਹੈਗਾ। ਜ਼ਿੰਦਗੀ ਦੀ ਚੰਗੀ ਨਹੀਂ ਉਹ ਲੱਗਦੀ ਹੀ, ਪਤਾ ਨਹੀਂ ਕੀ ਚੱਲੇ ਖਲਾ ਚ, ਦਿਲ ਦੇ ਨੇੜੇ ਤਾਂ ਦੱਸਦਾ ਰਹਿਣਾ, ਕੋਈ ਵੀ ਇੱਕ ਨਾ ਸਮਝ ਲਵੇ ਤਾਂ ਹੱਸਦਾ ਰਹਿਣਾ, ਆਏ ਹਾਏ ਕਿਆ ਹੀ ਬਾਤ ਆ, ਕੋਈ ਵੀਕ ਨਾ ਸਮਝ ਲਵੇ ਤਾਂ ਹੀ ਹੱਸਦਾ ਰਹਿੰਦਾ ਆ, ਸਹੀ ਗੱਲ ਆ ਯਾਰ, ਕਿਆ ਬਾਤ ਆ ਬਾਈ। ਹੋਰ ਗੱਲਾਂ ਜਿਹਾ ਗੱਲਾਂ, ਮਿਊਜ਼ਿਕ ਵੀ ਬਹੁਤ ਸੋਹਣਾ, ਜੀ ਵੀ ਦਾ ਯਾਰ ਨਜ਼ਾਰਾ ਲਿਆਉਂਦਾ ਪਿਆ। ਬਾਕੀ ਤਾਂ ਖੈਰ ਕੁੜੇ
ਬਾਈ ਯਾਰ ਦੱਸਿਓ ਮਾੜਾ ਜਿਹਾ ਕਮੈਂਟ ਕਰਕੇ ਥੱਲੇ ਵੀ ਕਿਹਦੇ ਕਿਹਦੇ ਨਾਲ ਇੱਦਾਂ ਹੁੰਦੀ ਆ ਕਦੇ ਕਦੇ, ਮਤਲਬ ਮਨ ਜਿਹਾ ਉੱਕ ਜਾਂਦਾ ਗਾ ਦੁਨੀਆਦਾਰੀ ਤੋਂ, ਹੈ ਨਾ, ਅਤੇ ਉਦੋਂ ਐਂ ਹੁੰਦਾ ਵੀ ਕੋਈ ਨਾ ਬੁਲਾਵੇ, ਅਤੇ ਬਸ ਇਕੱਲੇ ਰਹਿ ਗਏ ਪਾਸੇ ਪਾਸੇ ਫਿਰਦੇ ਰਹਿ ਗਏ, ਕਿਸੇ ਨੂੰ ਬੁਲਾਉਣ ਨੂੰ ਜੀ ਨਹੀਂ ਕਰਦਾ, ਕਿਸੇ ਨਾਲ ਗੱਲ ਕਰਨ ਨੂੰ ਜੀ ਨਹੀਂ ਕਰਦਾ, ਹੈ ਨਾ। ਦੱਸਿਓ ਬਾਈ ਜੇ ਤੁਹਾਡੇ ਨਾਲ ਵੀ ਐਂ ਹੁੰਦਾ ਤਾਂ। ਮੁੱਦਤਾਂ ਦਾ ਪਰਿਆ ਹਾ ਹੁਣ ਡੁੱਲਣਾ ਚਾਹੁੰਦਾ ਆ, ਆਏ ਹਾਏ ਮੈਂ ਕੀਤੇ ਕਾਤੋਂ ਆ ਸਭ ਭੁੱਲਣਾ ਚਾਹੁੰਦਾ ਆ, ਸਿੱਧੂ ਮੂਸੇ ਵਾਲੇ ਦਾ ਦਿਲ ਲੀ ਨਹੀਂ ਲੱਗਦਾ, ਬਾਕੀ ਤਾਂ ਖੈਰ ਕੁੜੇ ਬਾਕੀ ਤਾਂ ਖੈਰ ਕੁੜੇ ਮੇਰਾ ਜੀ ਨਹੀਂ ਲੱਗਦਾ, ਬਾਕੀ ਤਾਂ ਖੈਰ ਕੁੜੇ ਕਿਆ ਬਾਤ ਆ ਬਾਬੇ, ਸਰੀ ਕਰਾ ਗਿਆ ਯਾਰ ਜਮਾ ਗਾਣੇ ਦਾ। ਇਹੋ ਜਿਹੇ ਗਾਣੇ ਆਉਣ ਤਾਂ ਬਾਈ ਸਿੱਧੂ ਮੂਸੇਵਾਲੇ ਦੇ ਹੋਰ, ਇੱਕ ਈ ਪੀ ਆਵੇ ਮੈਂ ਕਹਿੰਦਾ ਵੀ ਉਹਦੇ 'ਚ ਸਾਰੀ ਇਸ ਤਰ੍ਹਾਂ ਦੇ ਗਾਣੇ ਹੋਣ, ਨਜ਼ਾਰਾ ਆ ਜੂਗਾ ਬਾਈ ਯਾਰ। ਬੇਰੰਗ ਜੀ ਦੁਨੀਆ ਦਾ ਇੰਪਰੈਸ਼ਨ ਲੱਗਦਾ ਏ, ਚੁੱਪ ਇੰਨਾ ਜ਼ਿਆਦੇ ਆ ਡਿਪਰੈਸ਼ਨ ਲੱਗਦਾ ਏ, ਲੱਗਦਾ ਏ ਜਜ਼ਬਾਤਾਂ ਦਾ ਕੋਲਾਈਡ ਹੋ ਗਿਆ ਏ, ਮੈਨੂੰ ਮਾਫ਼ ਕਰੀ ਜ਼ਿੰਦਗੀ ਸੁਸਾਈਡ ਹੋ ਗਿਆ, ਮੈਨੂੰ ਮਾਫ਼ ਕਰੀ ਜ਼ਿੰਦਗੀ ਸੁਸਾਈਡ ਹੋ ਗਿਆ। ਬਾਈ 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 ਬਾਈ, ਮਤਲਬ ਇਹ ਗਾਣੇ ਦੇ ਵਿੱਚ ਬਾਈ ਇੱਕ ਬੰਦੇ ਦੇ ਜਦੋਂ ਬੰਦਾ ਕੋਈ ਸੁਸਾਈਡ ਕਰਦਾ ਤਾਂ ਉਹਦੇ ਕੀ ਦਿਮਾਗ 'ਚ ਚੱਲ ਰਿਹਾ ਹੁੰਦਾ, ਹੈ ਨਾ, ਅਤੇ ਉਹ ਸਾਰਾ ਕੁਛ ਬਿਆਨ ਕੀਤਾ ਵਾ। ਅਤੇ ਬਾਈ ਜਿੰਨਾ ਚਿਰ ਬੰਦਾ ਇਹ ਚੀਜ਼ ਨੂੰ ਫੀਲ ਨਹੀਂ ਕਰਦਾ, ਹੈ ਨਾ, ਉਨਾ ਚਿਰ ਬੰਦਾ ਇੰਨੇ ਡੂੰਘਾਈ ਨਾਲ ਬਾਈ ਗਾਣੇ ਨੂੰ ਨਹੀਂ ਲਿਖ ਸਕਦਾ, ਹੈ ਨਾ। ਅਤੇ ਹੋ ਸਕਦਾ ਬਾਈ ਹਰੇਕ ਬੰਦਾ ਯਾਰ ਇਨਸਾਨ ਆ, ਇਨਸਾਨ ਦੇ ਦਿਮਾਗ 'ਚ ਬਹੁਤ ਗੱਲਾਂ ਆਉਂਦੀਆਂ, ਹੈ ਨਾ, ਅਤੇ ਹੋ ਸਕਦਾ ਸਿੱਧੂ ਬਾਈ ਦੇ ਦਿਮਾਗ 'ਚ ਵੀ ਐਂ ਆਇਆ ਹੋਵੇ ਯਾਰ ਵੀ ਮਰ ਜਾਓ ਯਾਰ ਵੀ ਸੁਸਾਈਡ ਕਰ ਲਈਏ, ਹੈ ਨਾ। ਸੋ ਉਸ ਟਾਈਮ 'ਤੇ ਬਾਈ ਨੇ ਲਿਖਿਆ ਹੋਊਗਾ ਇਹ ਗਾਣਾ ਮੇਰੇ ਹਿਸਾਬ ਨਾਲ, ਅਤੇ ਗਾਣਾ ਬਹੁਤ ਜ਼ਿਆਦਾ ਸੋਹਣਾ ਸੀਗਾ ਬਾਈ ਯਾਰ। ਮਤਲਬ ਇਹ ਵਿਸ਼ੇ 'ਤੇ ਮੈਂ ਨਹੀਂ ਕਹਿੰਦਾ ਕਦੇ ਗਾਣਾ ਬਣਿਆ ਹੋਊਗਾ ਕੋਈ, ਜੇ ਕੋਈ ਗਾਣਾ ਬਣਿਆ ਹੈਗਾ ਤਾਂ ਬਾਈ ਦੱਸਿਓ ਮੈਨੂੰ ਕਮੈਂਟਾਂ 'ਚ ਵੀ ਹਾਂ ਬਾਈ ਆਹ ਫਲਾਨਾ ਗਾਣਾ ਬਣਿਆ ਹੈਗਾ ਇਸ ਟੋਪਿਕ 'ਤੇ, ਹੈ ਨਾ। ਇਹ ਕਿਸੇ ਬੰਦੇ ਦੀ ਜਿਹੜੀ ਮੈਂਟਲ ਸਟੇਜ ਹੁੰਦੀ ਆ, ਮੈਂਟਲ ਹੈਲਥ ਆਪਾਂ ਲਾ ਲਓ, ਹੈ ਨਾ, ਜਦੋਂ ਉਹ ਘਟਦੀ ਆ, ਅਤੇ ਉਹਨੂੰ ਬਿਆਨ ਕੀਤਾ ਗਿਆ ਗਾਣੇ ਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਤਰੀਕੇ ਦੇ ਨਾਲ, ਅਤੇ ਬਹੁਤ ਸੋਹਣਾ ਮਿਊਜ਼ਿਕ ਸੀ ਜੇ ਬੀ ਦਾ ਬਾਈ, ਚਾਰ ਚੰਦ ਲਾਤੇ ਬਾਈ ਜੇ ਬੀ ਦੇ ਮਿਊਜ਼ਿਕ ਨੇ ਯਾਰ, ਕਿਆ ਬਾਤ ਆ, ਸਿਰਾ ਕਰਾਇਆ ਪਿਆ ਜਮਾਂ। ਅਤੇ ਬਾਕੀ ਬਾਈ ਵੋਕਲਸ ਵੀ ਬਹੁਤ ਸੋਹਣੀਆਂ ਸੀਗੀਆਂ ਸਿੱਧੂ ਦੀਆਂ ਬਾਈ, ਇਹ ਗਾਣੇ ਦੇ ਵਿੱਚ ਬਹੁਤ ਸੋਹਣਾ ਗਾਇਆ ਬਾਈ ਨੇ, ਹੈ ਨਾ। ਬਾਕੀ ਬਾਈ ਗਾਣਾ ਪੂਰਾ ਘੈਂਟ ਸੀਗਾ, ਤੁਹਾਨੂੰ ਕਿਵੇਂ ਲੱਗਿਆ ਕਮੈਂਟਾਂ ਇਹ ਦੱਸ ਦਿਓ। ਅਤੇ ਬਾਈ ਇਹ ਸੀ ਆਪਣੀ ਵੀਡੀਓ, ਜੇ ਤੁਹਾਨੂੰ ਵੀਡੀਓ ਲੱਗੀ ਵਧੀਆ ਤਾਂ ਵੀਡੀਓ ਨੂੰ ਕਰ ਦਿਉ ਲਾਈਕ, ਚੈਨਲ ਨੂੰ ਆਪਣੇ ਨੂੰ ਕਰ ਦਿਉ ਸਬਸਕ੍ਰਾਈਬ, ਅਤੇ ਨਾਲ ਲੱਗਿਆ ਘੰਟੀ ਦਾ ਬਟਨ ਵੀ ਦੱਬ ਦਿਉ ਤਾਂ ਕਿ ਸਾਡੀ ਆਉਣ ਵਾਲੀ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਸੋ ਥੈਂਕਸ ਫੋਰ ਵਾਚਿੰਗ ਗਾਈਜ਼।